साडी मातर शक्ति जिंदाबाद साडी मातर शक्ति जिंदाबाद हुण मैं रिक्वेस्ट करूंगा मैडम सोनिया मान जी वाहेगुरु जी की फतेह। अज मेरा इत्थे आउण दा कारण यही है कि अज इत्थे बाई इलेक्शन होण जा रही है जो सानू पता ही है। पिछले लंबे टाइम तो एक साल तो असी दिल्ली दियां ब्रूहां ते बैठे हां। जो साडा हाल बीजेपी ने कीता है तुसी देख सकदे हो। लखीमपुर खीरी दे विच जो साडे किसानां दा हाल कीता है बीजेपी ने तुसी देख सकदे हो। साडे भरा सानू वेख के उत्थे वी इक डेरियां तो उठे ने जित प्राप्त कर सकते हैं जे आप बीजेपी वाले जमानत जब्त करावे तद साडी अणख है। ये सानू करना पौगा साडा एका ही मजबूती दे नाल सानू रखना पौगा। साडे वाल अज पूरा भारत देख रहा है बाहर दियां कंट्रियां देख रही ने। मैं लखीमपुर खीरी दे विच गई सीगी गुरविंदर दे घरे गई सीगी। मैं ओदियां भैणां ओदी मां नूं रोंदे होए देखिया। 19 साल दा गभरू जवान पुत जदों इक मां खोंदी है ना ओदा दुख दर्द जिहड़ा है ओह असीं देखिया है। सो असीं इस बीजेपी गवर्नमेंट नूं बायकॉट करदे हां इस बीजेपी गवर्नमेंट दा विरोध करदे हां। मैं कहनी हां जे तुहाडे च अणख है किसानां दे विच इहनां दियां जमानतां जब्त करवायो इहनां नूं वोट ना पैण दिओ तद तुहाडी अणख जिहड़ी है ओह रहूगी हरियाणे दे विच। ਤੁਹਾਡੀਆਂ ਕਹਾਵਤਾਂ ਦਿੰਦੇ ਆ ਪੰਜਾਬ ਦੇ ਵਿੱਚ ਕਿ ਅੱਜ ਹਰਿਆਣਾ ਜਿਹੜਾ ਏ ਉਹ ਬੀਜੇਪੀ ਸਰਕਾਰ ਖੱਟੇ ਸਰਕਾਰ ਹੁੰਦਿਆਂ ਹੋਇਆਂ ਵੀ ਇੱਥੇ ਉਹਨਾਂ ਨੂੰ ਫੜਕਣ ਨਹੀਂ ਦਿੰਦੇ। ਸਾਡੇ ਪੰਜਾਬ ਦੇ ਵਿੱਚ ਇਹ ਤੁਹਾਡੀਆਂ ਐਗਜ਼ੈਂਪਲਸ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਸੈੱਟ ਕਰਦੇ ਹਾਂ ਕਿ ਅੱਜ ਜੇ ਪੰਜਾਬ ਵੱਡਾ ਭਰਾ ਬਣ ਕੇ ਹਰਿਆਣੇ ਦੇ ਨਾਲ ਛੋਟਾ ਭਰਾ ਦੇ ਨਾਲ ਤੁਰਿਆ ਹੈ। ਅੱਜ ਜਾ ਕੇ ਮੈਂ ਯੂਪੀ 'ਚ ਵੀ ਇਹੀ ਕਹਿੰਦੀ ਹਾਂ ਜੇ ਹਰਿਆਣਾ ਪੰਜਾਬ ਦਾ ਇੱਕ ਹੈ ਨਾਲ ਯੂਪੀ ਵਾਲਿਆਂ ਦਾ ਵੀ ਸਾਡੇ ਨਾਲ ਇੱਕ ਹੈ ਵਿਚਾਰਿਆਂ ਦਾ। ਸਾਨੂੰ ਵੇਖ ਵੇਖ ਕੇ ਉਹ ਤੁਰੇ ਸੀਗੇ। ਸੋ ਆਪਾਂ ਇਹ ਜ਼ਰੂਰ ਰੱਖੀਏ ਵੀ ਜਿਸ ਇਨਸਾਨ ਨੇ ਸਾਡੇ ਕਰਕੇ ਅਸਤੀਫਾ ਦਿੱਤਾ ਹੈ ਅਸਤੀਫਾ ਦੇਣਾ ਕੋਈ ਸੌਖਾ ਨਹੀਂ। ਕੋਈ ਆਪਣੀ ਚੇਅਰਮੈਨ ਦੀ ਕੁਰਸੀ ਤੋਂ ਅਸਤੀਫਾ ਨਹੀਂ ਦਿੰਦਾ। ਐਮਐਲਏ ਤੇ ਬਹੁਤ ਵੱਡੀ ਚੀਜ਼ ਹੈ। ਮੈਨੂੰ ਇਹ ਦੱਸੋ ਤੁਹਾਡੇ ਹਰਿਆਣੇ ਚੋਂ ਦਿੱਤਾ ਕਿੰਨੇ ਹੈ ਅਸਤੀਫਾ। ਗੱਲਾਂ ਬਹੁਤ ਵੱਡੀਆਂ ਵੱਡੀਆਂ ਲੋਕੀ ਕਰ ਲੈਂਦੇ ਨੇ ਦੇਣ ਵਾਰੀ ਕੋਈ ਸਾਹਮਣੇ ਨਹੀਂ ਆਉਂਦਾ। ਬਾਈ ਇਲੈਕਸ਼ਨ ਹੋ ਰਹੀ ਹੈ ਤੁਹਾਡੇ ਕਰਕੇ ਹੋ ਰਹੀ ਹੈ ਕਿਉਂਕਿ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਸਾਹਮਣੇ ਆਇਆ ਅਸਤੀਫਾ ਦੇਣ ਵਾਸਤੇ। ਜੇ ਤੁਸੀਂ ਇਸ ਚੀਜ਼ ਨੂੰ ਐਕਸੈਪਟ ਕਰੋਗੇ ਅੱਗੇ ਜਾ ਕੇ ਵੀ ਅਗਲੇ ਬੰਦੇ ਦਾ ਹੌਸਲਾ ਵਧੂਗਾ ਕਿ ਮੇਰੇ ਨਾਲ ਕਿਸਾਨ ਖੜੇ ਮੈਂ ਇਹਦੇ ਵਾਸਤੇ ਅਸਤੀਫਾ ਫੇਰ ਦਊਗਾ। ਤੁਹਾਨੂੰ ਇਹ ਮਜ਼ਬੂਤੀ ਬਣਾਉਣੀ ਪਊਗੀ ਬੀਜੇਪੀ ਗੁਰਜੀਤ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਜੀਪਾਂ ਚੜਾ ਦਿੱਤੀਆਂ ਸੀਗੀਆਂ ਲਖੀਮਪੁਰ ਖੀਰੀ ਦੀਆਂ ਉਹ ਸਾਨੂੰ ਘਟਨਾ ਭੁੱਲਦੀ ਨਹੀਂ ਗੀ ਇਹਨਾਂ ਦੀ। ਇਹ ਜਿਸ ਤਰੀਕੇ ਦੇ ਨਾਲ ਘਟਨਾ ਤੋਂ ਘਟਨਾ ਵਪਾ ਰਹੇ ਨੇ ਸਿੰਘੂ ਬਾਰਡਰ ਦੇ ਉੱਤੇ ਇਹਨਾਂ ਨੇ ਪੋਲੀਟਿਕਸ ਕੀਤੀ ਹਰ ਜਗ੍ਹਾ ਤੇ ਪੋਲੀਟਿਕਸ ਕਰ ਰਹੇ ਨੇ। ਇੱਕ ਆ ਗੋਪਾਲ ਗਾਂਡਾ ਜਿਹਦੇ ਇੱਕ ਕੁੜੀ ਦੇ ਕਿਹਨੂੰ ਕਹਿੰਦੇ ਆ ਗਲਤ ਸਮਾਂਤ ਰਿਲੇਟਿਡ ਕੁੜੀ ਨੇ ਆਤਮ ਹੱਤਿਆ ਕਰ ਲਈ। ਤੁਸੀਂ ਮੈਨੂੰ ਦੱਸੋ ਇਹੋ ਜਿਹੇ ਬੰਦੇ ਨੂੰ ਵੋਟ ਪਾਓਗੇ ਜਿਹਦੇ ਏਰੀਆ ਦੇ ਵਿੱਚ ਤੁਸੀਂ ਆਪ ਨਹੀਂ ਸੁਰੱਖਿਅਤ ਫੀਲ ਕਰ ਸਕਦੇ ਆਪਣੀਆਂ ਬੱਚਿਆਂ ਘਰੋਂ ਬਾਹਰ ਕੱਢ ਸਕੋਗੇ ਜਿਹੜੇ ਇੰਨੀ ਗੰਦੀ ਨਜ਼ਰ ਦੇ ਨਾਲ ਦੇਖਦੇ ਨੇ ਲੋਕਾਂ ਨੂੰ। ਇਹ ਬੀਜੇਪੀ ਵਾਲੇ ਇਹਨਾਂ ਦੇ ਕੈਂਡੀਡੇਟ ਵੀ ਉਹੋ ਜਿਹੇ ਗੰਦੇ ਨੇ ਇਹ ਖੁਦ ਵੀ ਉਹੋ ਜਿਹੇ ਗੰਦੇ ਨੇ ਕਿਉਂਕਿ ਇਹਨਾਂ ਦਾ ਖੁਦ ਅਸਤਿਤਵ ਠੀਕ ਨਹੀਂ ਹੈਗਾ। ਕਦੀ ਗੱਡੀਆਂ ਚੜਾ ਦਿੰਦੇ ਨੇ ਕਿਸਾਨਾਂ ਦੇ ਉੱਤੇ ਕਦੀ ਲੋਕਾਂ ਦੀਆਂ ਧੀਆਂ ਭੈਣਾਂ ਦੇ ਉੱਤੇ ਗੰਦੀ ਨਜ਼ਰ ਰੱਖਦੇ ਨੇ। ਤੁਸੀਂ ਇਹੋ ਜਿਹੇ ਲੋਕਾਂ ਨੂੰ ਵੋਟ ਪਾਉਣਾ ਪਸੰਦ ਕਰੋਗੇ ਕਿ ਇਹੋ ਜਿਹੇ ਲੋਕਾਂ ਨੂੰ ਵੋਟ ਪਾਉਣਾ ਪਸੰਦ ਕਰੋਗੇ ਕਿ ਜਿਹੜੇ ਤੁਹਾਡੀ ਅੱਧੀ ਜਮਾਤ ਦੇ ਉੱਤੇ ਅਸਤੀਫਾ ਦੇ ਕੇ ਤੁਹਾਡੇ ਘਰ ਬਹਿ ਗਏ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਸਹੀ ਬੰਦਾ ਪਛਾਣਨਾ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਨਾਰਾ ਲਾਓ ਜਿਹੜਾ ਬੰਦਾ ਤੁਹਾਡੇ ਦੁੱਖ ਦਰਦ ਦੇ ਵਿੱਚ ਤੁਹਾਡੇ ਨਾਲ ਖੜਾ ਆ। ਨਹੀਂ ਤੇ ਪੂਰੇ ਭਾਰਤ ਦੇ ਵਿੱਚ ਤੁਸੀਂ ਮੈਨੂੰ ਇੱਕ ਬੰਦਾ ਦੱਸ ਦਿਓ ਜਿਹਨੇ ਕਿਸਾਨਾਂ ਦੇ ਹੱਕ ਦੇ ਵਿੱਚ ਅਸਤੀਫਾ ਦਿੱਤਾ ਹੋਵੇ ਦੱਸ ਦਿਓ। ਗੱਲਾਂ ਬਹੁਤ ਵੱਡੀਆਂ ਕਰਦੇ ਨੇ ਕਾਂਗਰਸੀ ਵੀ ਕਰਦੇ ਨੇ ਸਾਰੇ ਕਰਦੇ ਨੇ। ਪਿਛਲੇ ਇੱਕ ਸਾਲ ਤੋਂ ਮੈਂ ਟਿੱਕਰੀ ਬਾਰਡਰ ਦੇ ਉੱਤੇ ਹਾਂ ਮੇਰੇ ਨਾਲ ਤਾਈ ਖੰਡੇਲਾ ਵਾਲੀ ਆ ਉੱਥੇ। ਮੈਨੂੰ ਇਹ ਦੱਸੋ ਮੈਂ ਆਪੇ ਜੀ ਦੀ ਇਸ ਕਰਕੇ ਤਾਰੀਫ ਕਰਦੀ ਹਾਂ ਐਵੇਂ ਨਹੀਂ ਕਰਦੀ ਕਿਉਂਕਿ ਮੈਂ ਇਹਨਾਂ ਨੂੰ ਪਹਿਲਾਂ ਨਹੀਂ ਜਾਣਦੀ ਸੀਗੀ। ਇਹਨਾਂ ਨੇ ਟਿੱਕਰੀ ਬਾਰਡਰ ਦੇ ਉੱਤੇ ਹਸਪੀਟਲ ਬਣਾਇਆ ਕਿਸਾਨਾਂ ਵਾਸਤੇ।
ਇਹਨਾਂ ਨੇ ਜੇ ਮਾਈ ਭਾਗੋ ਚੈਰਿਟੀ ਦੇ ਵਿੱਚ ਆ ਕੇ ਕਰਨ ਨੇ ਤੇ ਅਰਜੁਨ ਨੇ ਕੂਲਰ ਵਾਟਰ ਕੂਲਰ ਕੀ ਮੰਜੀਆਂ ਕੀ ਹੋਇਆ ਗੱਦੇ ਕੀ ਹੋਏ ਕੰਬਲ ਕੀ ਹੋਏ ਇਹਨਾਂ ਨੇ ਇਹ ਨਹੀਂ ਵੇਖਿਆ ਕਿ ਹਰਿਆਣੇ ਵਾਲਿਆਂ ਨੂੰ ਦੇਣਾ ਆ ਕਿ ਪੰਜਾਬ ਵਾਲਿਆਂ ਨੂੰ ਦੇਣਾ ਆ ਇਹਨਾਂ ਨੇ ਕਿਹਾ ਸਾਰਿਆਂ ਨੂੰ ਦੋ ਜਿਨ੍ਹਾਂ ਨੂੰ ਜ਼ਰੂਰਤ ਦੀ ਜਿਨ੍ਹਾਂ ਨੂੰ ਲੋੜ ਹੈ ਸਾਰਿਆਂ ਨੂੰ ਦੇਣਾ ਚਾਹੀਦਾ ਆ ਇਹਨਾਂ ਨੇ ਸਾਰਿਆਂ ਦੀ ਮਦਦ ਕੀਤੀ ਭਾਵੇਂ ਅੱਜ ਜਿੰਨੇ ਟੋਲ ਪਲਾਜ਼ੇ ਆ ਤੁਸੀਂ ਅੱਜ ਵੇਖ ਸਕਦੇ ਹੋ ਠੰਡੇ ਪਾਣੀ ਦੇ ਵਾਟਰ ਕੂਲਰ ਇਹਨਾਂ ਨੇ ਇਹ ਥੋੜਾ ਨਾ ਵੇਖਿਆ ਕਿ ਬਾਈ ਇਲੈਕਸ਼ਨ ਹੋ ਜਾਊਗੀ ਇਲੈਕਸ਼ਨ ਅੱਜ ਤੋਂ 3 ਸਾਲ ਬਾਅਦ ਆ ਇੰਨਾ ਦਾਨਪੁਰਨ ਮੈਨੂੰ ਇਹ ਦੱਸ ਦਿਓ ਇੱਕ ਵੀ ਕਾਂਗਰਸ ਵਾਲੇ ਨੇ ਤੁਹਾਡੇ ਹੁੱਡੇ ਨੇ ਜਾ ਕੇ ਉੱਥੇ ਕੀਤਾ ਹੋਵੇ ਜਾਂ ਸਾਡੇ ਪੰਜਾਬ ਵਾਲੇ ਨੇ ਕੀਤਾ ਹੋਵੇ ਦਿਲ ਚਾਹੀਦਾ ਆ ਪੈਸੇ ਦੇਣ ਵਾਸਤੇ ਦਿਲ ਚਾਹੀਦਾ ਆ ਅਸਤੀਫਾ ਦੇਣ ਵਾਸਤੇ ਦਿਲ ਚਾਹੀਦਾ ਆ ਅੱਜ ਕੋਈ ਕਿਸੇ ਦੇ 10,000 ਨਹੀਂ ਖਰਚ ਕਰਦਾ ਅਸੀਂ ਇਹਨਾਂ ਦੇ ਕੋਲੋਂ ਮੱਛਰਦਾਨੀਆਂ ਮੰਗਦੇ ਸੀਗੇ 100 ਇਹ ਬੰਦਾ 5,000 ਮੱਛਰਦਾਨੀਆਂ ਭੇਜਦਾ ਸੀਗਾ ਕਿਵੇਂ ਆਪਾਂ ਇਹਦੀ ਗੱਲ ਨਾ ਕਰੀਏ ਅੱਜ ਵੇਖੋ ਕਿਸਾਨੀ ਦੇ ਮਸਲੇ ਦੇ ਉੱਤੇ ਗੱਲ ਹੈ ਜੋ ਸੱਚ ਹੈ ਮੈਂ ਉਹ ਬੋਲੂੰਗੀ ਮੈਂ ਸੱਚ ਦੇ ਨਾਲ ਸਟੈਂਡ ਕਰਦੀ ਹਾਂ ਕਿਉਂਕਿ ਮੇਰੀ ਕ੍ਰੈਡੀਬਿਲਿਟੀ ਵੀ ਇੱਥੇ ਸਟੈਂਡ ਕਰਦੀ ਹੈ ਜੋ ਮੈਂ ਬੋਲੂੰਗੀ ਉਹ ਮੈਂ ਸੱਚ ਬੋਲੂੰਗੀ ਸੱਚ ਬੋਲੇ ਬਗੈਰ ਮੇਰੇ ਕੋਲ ਰਿਹਾ ਨਹੀਂ ਜਾਂਦਾ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਦਾ ਜਿੰਨੇ ਜੋ ਕੀਤਾ ਹੈ ਉਹ ਅਸੀਂ ਦੱਸਾਂਗੇ ਕਿਸਾਨੀ ਦਾ ਮਸਲਾ ਹੈ ਕਿਸਾਨਾਂ ਦੇ ਵਾਸਤੇ ਵੀ ਜਿਹੜਾ ਬੰਦਾ ਖੜਾ ਹੈ ਕਿਸਾਨਾਂ ਵਾਸਤੇ ਵੀ ਜਿਹੜੇ ਬੰਦੇ ਨੇ ਵਿਧਾਨ ਸਭਾ ਦੇ ਵਿੱਚ ਅਸਤੀਫਾ ਦਿੱਤਾ ਜਾਂ ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕੀ ਹੈ ਉਹ ਇੱਕੋ ਬੰਦੇ ਨੇ ਚੱਕੀ ਹੈ ਸਾਡੇ ਪੰਜਾਬ ਵਾਲਿਆਂ ਨੇ ਵੀ ਬਾਅਦ ਚੋਂ ਦੇਖਿਆ ਕਿ ਬਾਈ ਦੀਆਂ ਇਲੈਕਸ਼ਨ ਆ ਬਾਅਦ ਚੋਂ ਅਸਤੀਫਾ ਦੇ ਦਈਏ ਇੱਥੇ ਇਲੈਕਸ਼ਨ ਨਹੀਂ ਸਿੱਖੀਆਂ ਸੋ ਇਸ ਕਰਕੇ ਇਹ ਗੱਲਾਂ ਆਪਾਂ ਨੂੰ ਸਮਝਣ ਦੀ ਲੋੜ ਹੈ ਅੱਜ ਆਪਾਂ ਨੂੰ ਅੱਗੇ ਵੀ ਲੋੜ ਹੈ ਕਿ ਕੋਈ ਬੰਦਾ ਸਾਡੇ ਨਾਲ ਸਟੈਂਡ ਕਰੇ ਕੋਈ ਸਾਡੇ ਵਾਸਤੇ ਖੜੇ ਤੇ ਤਾਂ ਹੀ ਬੰਦਾ ਕੋਈ ਖੜੂਗਾ ਜੇ ਤੁਸੀਂ ਅੱਜ ਉਹਦੇ ਨਾਲ ਖੜੋਗੇ ਬਸ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਬੀਜੇਪੀ ਦਾ ਵਿਰੋਧ ਕਰਿਓ ਜੇਜੇਪੀ ਦਾ ਵਿਰੋਧ ਕਰਿਓ ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ ਜ਼ਮਾਨਤਾਂ ਜ਼ਬਤ ਕਰਿਓ ਇਹਨਾਂ ਦੀਆਂ ਲਖੀਮਪੁਰ ਖੀਰੀ ਵਾਲਾ ਕੇਸ ਭੁੱਲਿਓ ਨਾ ਅੱਖਾਂ ਅੱਗੋਂ ਵੀਡੀਓ ਦਰਾਇਓ ਵਾਰ ਵਾਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਦਰਿੰਦਿਆਂ ਨੇ ਸਾਡੇ ਭਰਾਵਾਂ ਨੂੰ ਕੁਚਲਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ